ਵਿਰੋਧੀਆਂ ਤੋਂ ਬਾਅਦ ਪੰਜਾਬ ਬੀਜੇਪੀ ਦੀ ਕੋਰ ਕਮੇਟੀ ਨੇ ਵੀ ਪੰਜਾਬ ਦੀ ਕਾਨੂੰਨੀ ਹਾਲਾਤ ਤੇ ਚੁੱਕੇ ਸਵਾਲ। ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਅਪਰਾਧੀ ਕੰਸਰਾਂ ਖਿਲਾਫ ਸਰਕਾਰ ਸਖਤੀ ਨਾਲ ਕਰੇ ਕਾਰਵਾਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਤ ਰਣਜੀਤ ਸਿੰਘ ਢੱਡਰੀਆਵਾਲਾ ਨਾਲ ਕੀਤੀ ਮੁਲਾਕਾਤ। ਕੇਜਰੀਵਾਲ ਮੀਡੀਆ ਨਾਲ ਨਹੀਂ ਹੋਏ ਮੁਖਾਤਿਬ। ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਤੋਂ ਹੁਕਮਰਾਨ ਤੇ ਨੇ ਕੈਪਟਨ ਨੂੰ ਦਿੱਤੀ ਨਸੀਹਤ। ਰਣਜੀਤ ਸਿੰਘ ਢੱਡਰੀਆਵਾਲੇ ਨੇ ਕਿਹਾ ਕਿ ਅਕਾਲ ਤਖ਼ਤ ਤੋਂ ਗੱਲਬਾਤ ਲਈ ਸੱਦਾ ਮਿਲਣ ਤੇ ਕੀਤਾ ਜਾਏਗਾ ਵਿਚਾਰ। ਕਿਹਾ ਸਿਰਫ ਮਾਸਟਰ ਮਾਈਂਡ ਨੂੰ ਜਲਦ ਫੜਨ ਬਾਰੇ ਦਿੱਤਾ ਸੀ ਬਿਆਨ। ਧੁੰਮਾ ਦਾ ਨਹੀਂ ਲਿਆ ਸੀ ਨਾਮ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਢੱਡਰੀਆਵਾਲੇ ਅਤੇ ਧੁੰਮਾ ਨੂੰ ਬਿਆਨਬਾਜ਼ੀ ਦੀ ਥਾਂ ਮਿਲ ਕੇ ਗੱਲਬਾਤ ਕਰਨ ਦੀ ਦਿੱਤੀ ਸੀ ਨਸੀਹਤ। ਕੁਮਾਰ ਵਿਸ਼ਵਾਸ ਦੇ ਗਾਣੇ ਤੇ ਪੱਖਿਆ ਵਿਵਾਦ। ਅਕਾਲੀ ਦਲ ਪ੍ਰਵਾਸੀ ਵਿੰਗ ਨੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਤੇ ਕੁਮਾਰ ਵਿਸ਼ਵਾਸ ਖਿਲਾਫ ਦਰਜ ਕਰਵਾਇਆ ਕੇਸ। ਆਮ ਆਦਮੀ ਪਾਰਟੀ ਨੇ ਕੀਤਾ ਪਲਟਵਾਰ। ਕਿਆ ਧਮਕੀਆਂ ਤੋਂ ਨਹੀਂ ਡਰਦੇ? ਮੋਦੀ ਸਰਕਾਰ ਦੀਆਂ 2 ਸਾਲ ਦੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਉਣ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਗਰਾ ਦੇ ਵਿੱਚ ਲੋਕਾਂ ਨੂੰ ਕਰਨਗੇ ਸੰਬੋਧਨ। ਬੀਜੇਪੀ ਦੇ ਕੌਮੀ ਜਨਰਲ ਸਕੱਤਰ ਅਨਿਲ ਜੈਨ ਨੇ ਦਿੱਤੀ ਜਾਣਕਾਰੀ। ਨਵਾਂਸ਼ਹਿਰ 'ਚ ਪੁਲਿਸ ਨੇ ਬੱਬਰ ਖਾਲਸਾ ਦੇ ਦਹਿਸ਼ਤਗਰਦ ਨੂੰ ਕੀਤਾ ਗ੍ਰਿਫਤਾਰ। ਪਾਕਿਸਤਾਨੀ ਜਥੇਬੰਦੀਆਂ ਨਾਲ ਮਿਲ ਕੇ ਸੀ ਪੰਜਾਬ ਵਿੱਚ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਯੋਜਨਾ। ਬਠਿੰਡਾ ਦੇ ਪਿੰਡ ਜੋਧਪੁਰ ਬਾਖਰ ਵਿੱਚ ਕਿਸਾਨ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ। ਫਸਲ ਖਰਾਬ ਹੋਣ ਅਤੇ ਲੱਖਾਂ ਰੁਪਏ ਦੇ ਕਰਜ਼ੇ ਦੀ ਪੰਡ ਤੋਂ ਸੀ ਪਰੇਸ਼ਾਨ। ਤਾਂ ਮਾਨਸਾ 'ਚ ਵੀ ਮੁਆਵਜ਼ਾ ਨਾ ਮਿਲਣ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ। ਪੰਜਾਬ 'ਚ ਦਰਖਤ ਨਹੀਂ ਵੱਢਣ ਤੇ ਲਗਾਈ ਰੋਕ। ਐਨਜੀਟੀ ਤੇ ਹਾਈਕੋਰਟ ਨੇ ਦਿੱਤੀ ਢਿੱਲ। ਐਨਜੀਟੀ ਤੋਂ ਹਾਈਕੋਰਟ ਨੇ ਮੰਗਿਆ ਜਵਾਬ। ਬਿਸਤੁਆਬ ਨਹਿਰ ਪ੍ਰੋਜੈਕਟ ਇਲਾਕੇ ਵਿੱਚ ਦਿੱਤੀ ਗਈ ਹੈ ਹਾਈਕੋਰਟ ਵੱਲੋਂ ਢਿੱਲ। ਤੇ ਹੇਮਕੁੰਟ ਸਾਹਿਬ ਦੇ ਦਰਸ਼ਨ ਲਈ ਯਾਤਰਾ ਸ਼ੁਰੂ। ਸ਼ਰਧਾਲੂਆਂ ਦਾ ਪਹਿਲਾ ਜਥਾ ਗੋਬਿੰਦ ਧਾਮ ਤੋਂ ਹੋਇਆ ਰਵਾਨਾ। ਪ੍ਰਸ਼ਾਸਨ ਵੱਲੋਂ ਪੁਖਤਾ ਤਿਆਰੀਆਂ ਦਾ ਦਾਅਵਾ।